ਹੈਲੋ एवरीवन ਅੱਜ ਆਪਾਂ ਕਰਾਂਗੇ ਲੈਸਨ 8 ਬਾਬਾ ਫਰੀਦ ਦੇ ਪ੍ਰਸ਼ਨ ਉੱਤਰ ਅਤੇ ਬਾਕੀ ਦੇ ਬੈਕ ਐਕਸਰਸਾਈਜ਼ ਪਾਠ ਅਭਿਆਸ ਤੋਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਪ੍ਰਸ਼ਨ ਉੱਤਰ ਕੁਐਸਚਨ ਨੰਬਰ 1 ਬਾਬਾ ਫਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਨਾਂ ਕੀ ਸੀ ਅਨਸਰ बाबा फरीद जी ਦਾ ਜਨਮ 1173 ਈਸਵੀ ਵਿੱਚ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਟੀਵਾਲ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਮ ਸ਼ੇਖ ਜਮਾਲਉਦਦਿਨ ਤੇ ਮਾਤਾ ਦਾ ਨਾਮ ਕਰਸੂਮਸੀ। ਕੁਐਸਚਨ ਨੰਬਰ 2: ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ? ਆਨਸਰ बाबा फरीद सरल सादा तप त्याग صبر ਸੰਤੋਖ ਤੇ ਗਰੀਬੀ ਵਾਲਾ ਜੀਵਨ ਬਸਰ ਕਰਦੇ ਸਨ ਕੱਚਾ ਕੋਟਾ ਜਵਾਰ ਦੀ ਰੋਟੀ ਉਬਲੇ ਛੋਲੇ ਤੇ ਸਧਾਰਨ ਕੰਬਲੀ ਉਹਨਾਂ ਦੀ કુલ ਦੌਲਤ ਸੀ ਕੁਐਸਚਨ ਨੰਬਰ 3 बाबा फरीद ਜੀ ਦਾ ਕੀ ਉਪਦੇਸ਼ ਸੀ ਉਹਨਾਂ ਦੇ ਉਪਦੇਸ਼ ਦੀ ਪਰੋਟਾ ਕਾਰਕਿਕ ਕਟਣਾ ਆਪਣੇ ਸ਼ਬਦਾਂ ਵਿੱਚ ਲਿਖੋ ਆਨਸਰ ਬਾਬਾ ਫਰੀਦ ਜੀ ਦਾ ਉਪਦੇਸ਼ ਸੀ ਕਿ ਸਭ ਨਾਲ ਪ੍ਰੇਮ ਪਿਆਰ ਕਰੋ ਤੇ ਸਭ ਦਾ ਪਲਾ ਮਨਾਓ ਜੇਕਰ ਕੋਈ ਬੁਰਾਈ ਕਰੇ ਤਾਂ ਵੀ ਉਸ ਨਾਲ ਪਲਾਈ ਦਾ ਵਰਤਾਵ ਹੀ ਕਰੋ ਇੱਕ ਵਾਰੀ ਉਹਨਾਂ ਕੋਲ ਕੋਈ ਸੱਜਣ ਕੈਂਚੀ ਲੈ ਕੇ ਆਇਆ ਤੇ ਉਸ ਨੇ ਉਸ ਦੀ ਸਿਫਤ ਕਰ ਦਿਆ ਕਿ ਹਾਂ ਇਹ ਕੈਂਚੀ ਬੜੇ ਮਜ਼ਬੂਤ ਲੋਹੇ ਦੀ ਬਣੀ ਹੈ ਇਹ ਬਹੁਤ ਤਿੱਖੀ ਹੈ ਅਤੇ ਇਹ ਬਹੁਤ ਸੋਨਾ ਕੱਟਦੀ ਹੈ ਫਰੀਦ ਜੀ ਨੇ ਉਸ ਦੇ ਹੱਥੀ ਕੈਂਚੀ ਲੈ ਕੇ ਔਸ ਸੱਜਣ ਨੂੰ ਕਿਹਾ ਕਿ ਪਾਈ ਮੇਰਾ ਕੰਮ ਕਟਣਾ ਤੋੜਨਾ ਨਹੀਂ ਤੂੰ ਇੱਕ ਸੂਈ ਲੈ ਕੇ ਆ ਤਾਂ ਕਿ ਮੈਂ ਸਭ ਨੂੰ प्रीत प्यार ਦੇ ਤਾਗੇ ਵਿੱਚ ਭਰ ਸਕਾਂ ਕੁਸ਼ਨ ਨੰਬਰ 4 ਫਰੀਦਾ ਕੰਨੀ ਮੁਸਲਾ ਸੁਫੂ ਗਾਲੀ ਦਿਲ ਕਤੀ ਗੜੂ ਵਾਉ ਬਾਹਰ ਦੇ ਸੇ ਚਾਨਣਾ ਦਿਲ ਅੰਧਰਾਤੀ ਹਾਉ ਰਾਉ ਉਪਕੋਰਤ ਲੋਕ ਦਾ ਪਾਵ ਸਪਸ਼ਟ ਕਰੋ ਆਨਸਰ ਉਪਕੋਰਤ ਲੋਕ ਦਾ ਪਾਵ ਹੈ ਕਿ ਇੱਕ ਫਕੀਰ ਦਾ ਜੀਵਨ ਪਾਕੰਡ ਪਰਿਆ ਨਹੀਂ ਹੋਣਾ ਚਾਹੀਦਾ ਸਗੋ ਅੰਦਰੋਂ ਬਾਹਰ ਨੇਕ ਤੇ ਸ਼ੁੱਧ ਹੋਣਾ ਚਾਹੀਦਾ ਹੈ ਕੁਐਸਚਨ ਨੰਬਰ 5 ਬਾਬਾ ਫਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿੱਚੋਂ ਕਿਹੜੀ ਗੱਲ ਨੂੰ ਵੱਡਾ ਕਹਿੰਦੇ ਸਨ ਇਹ ਗੱਲ ਉਹਨਾਂ ਨੇ ਕਿਵੇਂ ਸੱਚੀ ਸੇ ਦਰਕਰਕੇ ਦਿਖਾਈ ਬਾਬਾ ਫਰੀਦ ਜੀ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ ਇੱਕ ਵਾਰ ਆਪ ਸ਼ੇਖ ਬਹਾਉਦੀਨ ਜੀ ਨਾਲ ਕਿਸੇ ਵਿਸ਼ੇ ਉੱਤੇ ਚਰਚਾ ਕਰਦੇ ਹੋਏ ਜਾ ਰਹੇ ਸਨ ਇੱਥੇ ਕਿਸੇ ਵਿਸ਼ੇ ਉੱਤੇ ਹੋਏਗਾ ਅਚਾਨਕ ਮੀਂਹ ਹਨੇਰੀ ਤੇ ਤੂਫਾਨ ਆ ਗਿਆ ਆਪ ਨੇ ਸ਼ੇਖ ਜੀ ਨੂੰ ਕਿਹਾ ਕਿ ਕੋਈ ਕਰਾਮਾਤ ਦਿਖਾਓ ਤੇ ਇਸ ਤੂਫਾਨ ਤੋਂ ਬਚਾਓ ਉਹਨਾਂ ਨੇ ਕਿਹਾ ਇੰਨੀ ਛੇਤੀ ਕੋਈ ਕਰਾਮਾਤ ਨਹੀਂ ਹੋ ਸਕਦੀ ਫਰੀਦ ਜੀ ਉਹਨਾਂ ਨੂੰ ਆਪਣੇ ਇੱਕ ਮੇਲੀ ਮੁਲਾਕਾਤੀ ਤੇ ਕਰ ਲੈ ਗਏ ਉਹ ਸੱਜਣ ਨੇ ਫਕੀਰ ਦੀ ਬਹੁਤ ਸੇਵਾ ਕੀਤੀ ਅਤੇ tufaan ਤੋਂ ਵੀ ਬਚਾਅ ਹੋ ਗਿਆ ਇਸ ਤਰ੍ਹਾਂ ਆਪਨੇ ਇਹ ਆਪਨੇ ਇਹ ਗੱਲ ਸੱਚੀ ਸਿੱਧ ਕਰਕੇ ਦਿਖਾਈ ਕੁੰ ਆਪਾ ਦੇਖ ਲੈਨੇ ਆ ਓਖੇ ਸ਼ਬਦਾ ਦੇ ਅਰਥ ਸੂਫੀ ਮੁਸਲਮਾਨ ਸਾਈ ਲੋਕ ਦਾ ਇੱਕ ਫਿਰਕਾ ਜੋ ਕਾਲੇ ਸੂਫ ਦੇ ਕੱਪੜੇ ਪਹਿਨਦੇ ਹਨ ਸਰਾ ਸ਼ਰੀਅਤ ਇਸਲਾਮ ਤਰਨ ਦੇ ਰੀਤੀ ਰਿਵਾਜ ਰੁੱਕਾ ਕਾਗਜ਼ ਦੇ ਟੁਕੜੇ ਤੇ ਲਿਖੀ ਚਿੱਠੀ ਆ ਸਨੇਹਾ ਸਬਕ ਮਤ ਸਿੱਖਿਆ ਉਪਦੇਸ਼ ਪਾਠ ਅਰਸਾ ਸਮਾ ਚੀਰ ਦੇਰ ਮਧੁਰਤਾ ਮਿਠਾਸ ਮਨੋਹਰ ਮਨ ਨੂੰ ਖਿੱਚ ਲੈਣ ਵਾਲਾ ਸੋਹਣਾ ਸੁੰਦਰ ਤਾਕੀਦ ਤਕਿਆਈ ਪ੍ਰੋਟਾ ਦੁਵੇਸ਼ ਦੁਸ਼ਮਣੀ ਈਰਖਾ ਵੈਰ ਪ੍ਰਪੰਚ ਅਡੰਬਰ ਢੋਂਗ ਛਲ ਕਪਟ ਟੋਕਾ ਮੁਸਲਾ ਨਮਾਜ਼ ਪੜਨ ਦਾ ਆਸਨ ਦਰਵੇਸ਼ ਮੁਸਲਮਾਨ ਫਕੀਰ ਸੰਤ ਮੰਗੋਲ ਮਤ ਏਸ਼ੀਆਈ ਅਤੇ ਉਸ ਦੇ ਪੂਰਬ ਵੱਲ ਬਸਣ ਵਾਲੀ ਇੱਕ ਜਾਤ ਜਾਬਰ ਜ਼ਾਲਮ ਜ਼ਬਰ ਕਰਨ ਵਾਲਾ ਤੱਕੇਬਾਜ਼ ਇਲਾਹੀ ਇਸ ਕਾਦ ਰਬ ਬੇਤੇ ਵਿਸ਼ਵਾਸ ਇਸ ਤਾਦ ਮਦਦ ਸਾਹਿਤਾ ਸੁਫ ਕਪੜੇ ਦੀ ਇੱਕ ਕਿਸਮ ਹੁਣ ਆਪਾਂ ਕਰਾਂਗੇ ਵਾਕਾਂ ਵਿੱਚ ਵਰਤੋ ਸੂਫੀ ਮੁਸਲਮਾਨ ਫਕੀਰਾ ਦਾ ਇੱਕ ਫਿਰਕਾ ਸ਼ੇਖ ਫਰੀਦ ਜੀ ਇੱਕ ਸੂਫੀ ਦਰवेश ਸਨ ਦਰवेश ਸਨ ਨੰਬਰ 2 ਸਬਰ ਸੰਤੋਖ ਤੀਰਜ ਨਾ ਦੋ ਹਰ ਕਾਮ ਸਬਰ ਸੰਤੋਖ ਤੋਂ ਕਰਨਾ ਚਾਹੀਦਾ ਹੈ। ਨੰਬਰ 3 ਨਿਵਾਸ ਵਾਸ ਰੱਬ ਦਾ ਨਿਵਾਸ ਸਾਰੇ ਮਨੁੱਖਾ ਦੇ ਅੰਦਰ ਹੈ। ਨੰਬਰ 4 ਗੁਜਾਰਾ ਨਿਰਵਾ ਕਟ ਤਨਖਵਾ ਨਾਲ ਕਰ ਦਾ ਗੁਜਾਰਾ ਨਹੀਂ ਚੱਲਦਾ। ਵਿਹਾਰ ਵਰਤਾਓ ਸ਼ਾਮ ਦਾ ਵਿਹਾਰ ਮੈਨੂੰ ਪਸੰਦ ਨਹੀਂ ਹੈ। ਆਫਤ ਮੁਸੀਬਤ ਆਫਤ ਦੇ ਸਮੇਂ ਵਿੱਚ ਹੀ ਸੱਚਾ ਸੱਚੇ ਦੋਸਤਾਂ ਦੀ ਪਹਿਚਾਨ ਹੁੰਦੀ ਹੈ ਨੰਬਰ 7 ਤਾਹੀਦ ਬਾਰ ਬਾਰ ਜ਼ੋਰ ਦੇ ਕੇ ਕਹਿਣਾ ਸੱਚਾ ਬੰਦਾ ਆਪਣੀ ਗੱਲ ਤਾਹੀ ਤਾਕੀਦ ਨਾਲ ਸੌਰੀ ਤੇ ਤਾਕੀਦ ਹੋਏਗਾ ਨਾਲ ਰੱਖਦਾ ਹੈ ਨੰਬਰ 8 ਅਨੁਮਾਨ ਅੰਦਾਜ਼ਾ ਅਜ ਮੀ ਪੈਂਦਾ ਅਨੁਮਾਨ ਹੈ ਨੰਬਰ 9 ਜ਼ਾਹਰ ਪ੍ਰਕਟ ਸਾਨੂੰ ਆਪਣਾ ਗੁੱਸਾ ਕਦੇ ਵੀ ਜ਼ਾਹਰ ਨਹੀਂ ਕਰਨਾ ਚਾਹੀਦਾ ਨੰਬਰ 10 ਜ਼ਾਨਸ਼ੀਨ ਉੱਤਰਧਿਕਾਰੀ ਸ਼ੇਖ ਫਰੀਦ ਨੇ ਸ਼ੇਖ ਨizamuddin ਨੂੰ ਆਪਣਾ ਜ਼ਾਨਸ਼ੀਨ ਖਾਪ ਦਿੱਤਾ ਨੰਬਰ 11 ਸੰਦੇਸ਼ ਸਨੇਹਾ ਮੈਂ ਤੁਹਾਡਾ ਸੰਦੇਸ਼ ਮਿਲ ਗਿਆ ਹੀ ਇੱਥੇ ਚਲਾ ਜਾਵਾਂਗਾ ਨੰਬਰ 12 ਇਹਸਾਨ ਮਿਹਰਬਾਨੀ ਸਾਨੂੰ ਕਿਸੇ ਤੇ ਅਹਿਸਾਨ ਕਰਕੇ ਸੁਨਾਣਾ ਨਹੀਂ ਚਾਹੀਦਾ ਹੇਟ ਦਿੱਤੇ ਵਾਕਾ ਵਿੱਚ ਲਕੀਰੇ ਸ਼ਬਦ ਕਿਹੜੀ ਕਿਸਮ ਦੇ ਪੜਨਾਵ ਹਨ ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿਖੇ ਹੋਇਆ ਆਪ ਅਨਜਪੁਰਖ ਵਾਚਕ ਪੜਨਾ ਉਹ ਜਿਸ ਨੂੰ ਰੂਹਾਨੀ ਤੌਰ ਤੇ ਉੱਤਮ ਸਮਝਦੇ ਸਨ ਉਸ ਨੂੰ ਉਹਨਾਂ ਗੱਦੀ ਦਿੱਤੀ ਉਹ ਤੇ ਉਸ ਨੂੰ ਉਹਨਾਂ ਨੇ ਅਨਜਪੂਰਕ ਵਾਚਕ ਪੜਨਾਵ ਪਾਈ ਪ੍ਰੇਮਿਆ ਤੂੰ ਇਹ ਲੈ ਜਾ ਇਹ ਤਾਂ ਕਟਣ ਵਾਲੀ ਆ چیر ਫਾਰ ਕਰਨ ਵਾਲੀ ਆ ਚੀਜ਼ ਹੈ ਤੇ ਸਾਡਾ ਕੰਮ ਕਟਣਾ ਤੋੜਨਾ ਨਹੀਂ ਸਗੋ ਜੋੜਨਾ ਹੈ ਤੂੰ ਮਦਧਮ ਪੂਰਕ ਵਾਚਕ ਪੜਨਾਵ ਇਹ ਨਿਸ਼ਚੇ ਵਾਚਕ ਪੜਨਾਵ ਨੰਬਰ 4 शेख बहुद्दीन ਦਾ ਜਵਾਬ ਸੀ ਇਤਨੀ ਛੇਤੀ ਕਰਮਤ ਕਿਵੇਂ ਹੋ ਸਕਦੀ ਹੈ ਮੈਂ ਕੀ ਕਰ ਸਕਦਾ ਹਾਂ ਮੈਂ ਉਤਮ ਪੂਰਕ ਵਾਚਕ ਪਰਨਾਵ ਕੀ ਪ੍ਰਸ਼ਨ ਵਾਚਕ ਪਰਨਾਵ ਨੰਬਰ 5 ਸਾਨੂੰ ਸਰਵਤਾ ਪਲਾ ਮੰਗਣਾ ਚਾਹੀਦਾ ਹੈ ਸਾਨੂੰ ਉਤਮ ਪੂਰਕ ਵਾਚਕ ਪਰਨਾਵ ਤੇ ਸਰਵਤ ਅਨਿਸ਼ਚੇ ਵਾਚਕ ਪਰਨਾਵ ਬੱਚੋ ਇਹ ਸੀ ਤੁਹਾਡਾ ਪਾਰਟ 8 ਬਾਬਾ ਫਰੀਦ ਦੇ ਪ੍ਰਸ਼ਨ ਉੱਤਰ ਬਾਕੀ ਦੇ ਵੀ ਸਾਰੇ ਲੈਸਨਸ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ एवरीवन ਹੈਵ ਅ ਨਾਈਸ ਡੇ ਬਾਏ ਬਾਏ